AMI न्यूज़ देखने वाले दर्शकों का स्वागत है। मैं हाँ रितु। कहते हैं बच्चों नूं चंगे संस्कार माँ बाप तो ही मिलने शुरू होंदे हन अते बाद विच समाज विचों, पर जेकर शुरुआत ही चंगी हो जाए तो बच्चे कदे राह ही नहीं भुलते। अजिहा मामला सामने आया है गुरदासपुर के सरहदी कस्बा फतेहगढ़ चूड़िया साहिब के पिंड प्राचा की रहने वाली 4 साल की बच्ची का, जिसके पिता डेयरी का काम करते हैं अते माता घरेलू महिला है। इन्हां दोनों ने खूब मेहनत की है ते अते अपनी 4 साल की बच्ची नूं इस काबिल बनाया है कि उसनूं गुरबाणी दीआं कई लाइना मूझ वाणी अते 10 गुरुआं दे नाम अते जाप जी साहिब दा पाठ याद है। जानकारी दिंदिया छोटी जिही बच्ची दे माता पिता ने दस्या कि उन्हां दी ए धी नहीं सगों पुत है अते जद ए 2.5 साल दी सी तां उन्हां वल्लों उसनूं गुरबाणी दा कंठ करवाउणा शुरू कीता अते लगातार 1.5 साल की मेहनत तो बाद बच्ची वाहगुरु की कृपा नाल इन्ना वधिया पाठ करन लग पई, जिस दे चलदे हुण बाकी बच्चे भी गुरद्वारा साहिब जाके पाठ करदे हन। उन्हां कहा साडे सिख इतिहास नूं बच्चे भुलदे जा रहे हन, उन्हां नूं सिख इतिहास बारे जाणू करवाउण दी इस समय बहुत जरूरत है अते गुरबाणी नाल जोड़न दी भी बहुत लोड़ है। ਜਪਜੀ ਸਾਹਿਬ ਦਾ ਪਾਠ 4 ਸਾਹਿਬਾਂ ਦੇ 5 ਕਕਾਰ 5 ਪਿਆਰੇ 10 ਗੁਰੂ ਸਾਹਿਬਾਨ ਦੇ ਨਾਮ ਸੂਬੇ ਦੀ ਕਚਹਿਰੀ ਤੇ ਜੁਝਾਰੂ ਖਾਲਸਾ। ਇਹ ਸਾਰਾ ਕੁਛ ਮੰਮਾ ਨੇ ਸਿਖਾਇਆ। ਉਦੋਂ ਮੈਂ 2 ਸਾਲ ਦੀ ਸੀ। ਮੰਮਾ ਫੋਨ ਤੋਂ ਵੇਖ ਸੁਣਾਉਂਦੇ ਸੀ। ਜੁਝਾਰੂ ਖਾਲਸਾ ਸਿਖਾਇਆ ਇਕੱਲਾ, ਜੁਝਾਰੂ ਖਾਲਸਾ ਇਕੱਲਾ ਸਿਖਾਇਆ। ਗੁਰਨੂਰ ਮੇਰੀ ਬੇਟੀ ਨੀ ਮੇਰਾ ਪੁੱਤ ਜੀ। ਹਾਂਜੀ, ਇਹਦਾ 2.25 ਸਾਲ ਦੀ ਜਦੋਂ ਦਾ ਮਤਲਬ ਕਿ ਗੁਰਬਾਣੀ ਦਾ ਕੰਠ ਕਰਨ ਲੱਗੀ ਜੀ। ਹਾਂਜੀ, ਅਤੇ ਇਹ ਹੌਲੀ ਹੌਲੀ ਇਹਦਾ ਤਾਂ ਰੁਝਾਅ ਵੱਧਦਾ ਗਿਆ। ਇਹ ਮੈਨੂੰ ਕਹਿੰਦੀ ਗਈ ਮੰਮਾ ਮੈਨੂੰ ਹੋਰ ਸਿਖਾਓ, ਬਸ ਇੱਕ ਸਮੇਂ ਦੀ ਘਾਟ ਜੇ, ਕਿਉਂਕਿ ਆਪਾਂ ਇਕੱਲੇ ਰਹਿੰਦੇ ਹਾਂ, ਸਮੇਂ ਦੀ ਘਾਟ ਕਰਕੇ ਇਹਨੂੰ ਬਹੁਤ ਥੋੜ੍ਹਾ ਸਿਖਾਇਆ ਗਿਆ। ਹਾਂਜੀ, ਅਤੇ ਇਹ ਗੁਰਬਾਣੀ ਯਾਨੀ ਕਿ ਜਪਜੀ ਸਾਹਿਬ ਦੇ 5 ਪੌੜੀਆਂ ਦਾ ਪਾਠ, 4 ਸਾਹਿਬਜ਼ਾਦੇ, 5 ਕਕਾਰ ਯਾਨੀ ਕਿ 10 ਗੁਰੂ ਸਾਹਿਬਾਂ ਦੇ ਨਾਂ, ਹੋਰ ਵੀ ਯਾਨੀ ਕਿ ਜਿਵੇਂ 4 ਸਾਹਿਬਜ਼ਾਦਿਆਂ ਦੀ ਫਿਲਮ 'ਚ ਡਾਇਲੋਗ ਆ ਉਹ ਇਹਨੂੰ ਆਉਂਦੇ ਜੀ, ਮਤਲਬ ਕਿ ਨੋਨ ਸਟੋਪ ਤੁਸੀਂ ਸੁਣ ਸਕਦੇ ਇਹਦੇ ਕੋਲ ਵੀ। ਅਤੇ ਗੁਰਬਾਣੀ ਦੇ ਨਾਲ ਨਾਲ ਚਲੋ ਪੜ੍ਹਾਈ ਵੀ ਜ਼ਰੂਰੀ ਆ, ਪਰ ਪੜ੍ਹਾਈ 'ਚ ਵੀ ਜੇ ਵੇਖੀ ਜਾਏ ਤਾਂ ਇਹਦੀ ਮਤਲਬ ਕਿ ਹਾਲੇ ਤੱਕ 1st-2nd ਪੁਜੀਸ਼ਨ ਆਉਂਦੀ ਹੈ। ਡਿਵਾਈਨ ਪਬਲਿਕ ਸਕੂਲ ਇਹ ਮਤਲਬ ਪੜ੍ਹਦੀ ਹੈ, ਇੱਥੇ ਲਾਗੇ ਨਜ਼ਦੀਕ ਹੀ ਪੈਂਦਾ ਸਾਡੇ, ਪਰ ਇਹਦਾ ਬਸ ਜ਼ਿਆਦਾਤਰ ਹਾਲੇ ਵੀ ਵੇਖਿਆ ਜਾਏ ਜਿਵੇਂ ਬੱਚੇ ਕਾਰਟੂਨ ਵੇਖਦੇ ਨੇ, ਗਾਣਿਆਂ 'ਤੇ ਮਤਲਬ ਆਪਣੀ ਵੀਡੀਓ ਵਗੈਰਾ ਬਣਾਉਂਦੇ ਨੇ, ਇਹ ਚੀਜ਼ਾਂ 'ਲਈ ਇਹਦਾ ਰੁਝਾਅ ਬਹੁਤ ਹੀ ਥੋੜ੍ਹਾ ਵਾ। ਇਹਦਾ ਸਿਰਫ ਜ਼ਿਆਦਾਤਰ ਵੇਖਿਆ ਗੁਰਬਾਣੀ ਵਾਲੇ ਪਾਸੇ ਇਹਦਾ ਰੁਝਾਅ ਜ਼ਿਆਦਾ। ਆਪਣੇ ਮੂੰਹੋਂ ਕਹਿੰਦੀ ਵੀ ਮੈਨੂੰ ਗੁਰਦੁਆਰਾ ਸਾਹਿਬ ਖੜਿਆ ਕਰੋ, ਉੱਥੇ ਜਾ ਕੇ ਆਪੇ ਜਾ ਕੇ ਮਤਲਬ ਕਿ ਹੱਥ ਜੋੜ ਕੇ ਇਹਨੇ ਬਿਨਾਂ ਕਿਹਾ ਪਾਠ ਕਰਨ ਲੱਗ ਪੈਂਦੀ। ਹਾਂਜੀ ਵੀਰ ਜੀ, ਮੁਸ਼ਕਲਾਂ ਤਾਂ ਕੋਈ ਵੀ ਕੰਮ ਕਰੀਏ ਆਉਂਦੀਆਂ ਵਾ, ਪਰ ਇਹ ਜਿਹੜੇ ਬੱਚੇ ਦੀ ਲਗਨ ਹੋਏ ਉਹਦੇ ਲਈ ਮੁਸ਼ਕਲ ਨਹੀਂ ਸੀ, ਇਹਦੀ ਲਗਨ ਹੈਗੀ ਸੀ ਅਤੇ ਇਹ ਹੌਲੀ 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 ਸਿੱਖਦੀ ਗਈ। ਜਿਵੇਂ ਪਹਿਲੀ ਪੌੜੀ ਦਾ ਸਿਖਾਇਆ, ਫਿਰ ਇਹਦੇ ਕੋਲ ਮੈਂ ਡੇਲੀ ਰਿਪੀਟ ਕਰਨਾ, ਉਹਨੂੰ ਵਾਰ ਵਾਰ ਕੰਮ ਕਰਦਿਆਂ ਵੀ ਰਿਪੀਟ ਕਰੀ ਜਾਣਾ ਵੀ ਤਾਂ ਜੋ ਇਹਨੂੰ ਆ ਜੇ। ਇੱਕ ਸਿੱਖਦੀ ਗਈ ਮਾਨੀ ਯਾਨੀ ਕਿ 2 ਸਾਲਾਂ 'ਚ ਇਹਨੇ ਪ੍ਰੂਵ ਕਰਤਾ ਵਾ। ਹਾਂਜੀ, ਮਿਹਨਤ ਬਸ ਇਹੀ ਆ, ਇਹਨਾਂ ਦੇ ਮਦਰ ਆ ਉਹ ਕੋਲ ਬਿਠਾ ਕੇ ਕਾਫੀ ਉਹਨਾਂ ਨੂੰ ਸਮਾਂ ਦਿੰਦੇ ਰਹੇ ਆ, ਠੀਕ ਹੈ। ਉਹਦੇ ਨਾਲ ਹੀ ਚਲੋ 1.5 ਸਾਲ ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲ ਗਿਆ ਇਹਨੂੰ। ਮੇਰੇ ਵੱਲੋਂ ਵੀ ਚਲੋ ਜਿੰਨਾ ਕੁ ਬੰਦਾ ਸਰਦਾ ਅਸੀਂ ਕੀਤਾ ਸੰਯੋਗ ਬਿਲਕੁਲ, ਬਾਕੀ ਟਾਈਮ ਥੋੜ੍ਹਾ ਵਾ ਕੰਮ ਜ਼ਿਆਦਾ ਆਪਣੇ ਕੋਲ ਅਤੇ ਇਹਦੇ ਕਰਕੇ। ਮੈਂ ਤਾਂ ਚਲੋ ਆਉਣ ਵਾਲੇ ਬੱਚੇ ਨੂੰ ਇਹੀ ਕਹਿੰਦਾ ਵੀ ਆਪਣੇ ਮਾਂ ਬਾਪ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜੋ, ਠੀਕ ਹੈ। ਮਤਲਬ ਜਿੰਨਾ ਵੀ ਇਤਿਹਾਸ ਹੋ ਸਕੇ ਭੁੱਲਦਾ ਜਾਣ ਰਿਹਾ, ਜ਼ਿਆਦਾਤਰ ਜਿੰਨਾ ਵੀ ਹੋ ਸਕੇ ਉਹਨਾਂ ਨੂੰ ਜੋੜਨਾ ਚਾਹੀਦਾ ਨਾਲ ਬੱਚਿਆਂ ਨੂੰ। ਵਧੇਰੀ ਖਬਰਾਂ ਦੀ ਜਾਣਕਾਰੀ ਲਈ ਦੇਖਦੇ ਰਹੋ AMI ਨਿਊਜ਼। हिमाचल में चुनावों के बेहतरीन कवरेज के बाद अब पंजाब और जम्मू कश्मीर में आ रहे हैं हम। आपकी उम्मीदों पर खरा उतरने की कोशिश करेंगे हम। आपकी आवाज को प्रशासन तक पहुंचाएंगे हम। किसी भी समस्या या परेशानी के लिए नीचे दिए गए नंबर पर संपर्क करें। हम हैं AMI न्यूज़, आपकी आवाज, आपकी आवाज